ਮੰਦਰ ਨਾਲ ਸ਼ਾਮ ਸਾਰੀ ਜਿਹੜੇ ਮੈਂ ਮੰਦਰ
ਜਿੰਨੇ ਵੀ ਬਾਬੇ ਦੇ ਦਰਬਾਰ ਤੇ ਸੰਗਤ ਹਾਜ਼ਰ ਬੈਠੀ ਬਾਬਾ ਕਹਿੰਦਾ ਦੁੱਖ ਸਭ ਦੇ ਕੱਟ ਕੇ ਤੁਰ ਲੋ।
ਧੰਨ ਬਾਬਾ। ਕਹਿੰਦਾ ਜਾ ਪੁੱਤ ਵੇ ਜੈਸੀ ਕੋ ਨੇਤਾ ਲੈ ਕੇ ਬੈਠਾ ਹੋਊਗਾ ਵੈਸੀ ਕੋ ਮਰਾਦ ਚੋਲੀ ਚ ਪਾ ਕੇ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚ ਜਾਊਗਾ। ਇੱਕ ਵਾਰੀ ਸਾਰੀ ਸੰਗਤ ਕੋ ਬਾਬਾ ਤੇਰੇ ਸੱਚੇ ਤੇ ਸੁੱਚੇ ਦਰਬਾਰ ਦੀ ਸੇਖੂ ਵਾਲੇ ਸੰਤਾਂ ਦੀ ਬੀਬੀ ਆਏ ਕਰ ਮੜ ਜਬ ਗਾਣੋ ਕੇ ਬੈਠਾ ਪਹਿਲੇ ਪਹਿਲੇ ਤੂੰ ਜਾਮਣੀ ਦਾਰ ਥੋੜੀ ਜਿਹੀ ਵਿੱਚ ਕਿਤੇ ਦੱਸ ਦੇ ਤਬਰ ਸ੍ਰੀ ਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਸੱਚੇ ਦਰਬਾਰ ਦੀ ਬਾਬਾ ਪੂਰਨਾਥ ਜੀ ਮਹਾਰਾਜ ਦੇ ਸੱਚੇ ਦਰਬਾਰ ਦੀ ਆਹ ਸ਼ਕਤੀ ਮਾਤਾ ਕਾਲੀ ਦੇ ਦਰਬਾਰ ਦੀ ਬਾਪੂ ਕਾਲੀ ਕੌਲੀ ਵਾਲੇ ਸੰਤਾਂ ਦੀ ਸੱਚੇ ਦਰਬਾਰ ਦੀ ਬਾਪੂ ਪ੍ਰੀਤਮ ਸਿੰਘ ਦੇ ਸੱਚੇ ਦਰਬਾਰ ਦੀ ਬਾਬੇ ਬਿੰਦਰ ਦੇ ਸੱਚੇ ਦਰਬਾਰ ਦੀ ਪਾਣੀ ਪੈ ਦੇ ਸੋਹਣਾ ਕਲਾਸ ਹੋਰ ਕਿਸੇ ਨੂੰ ਕਹਿ ਦੇ ਖੜ ਜਾ ਇੱਥੇ ਤੂੰ ਤਾਂ ਭੱਜੀਆ ਨੀ ਦਸ ਬਾ ਭਗਤ ਇੰਨੇ ਤਾਣੇ ਮੇਰੇ ਸੁਣਨ ਬਾਅਦ ਵੀ ਥੋੜੇ ਚ ਪਾਣੀ ਦੇ ਰਸਤੇ ਕੋਟਦਾ ਵੇਖ ਲੈ ਜੇ ਕਿਤੇ ਸਾਡੇ ਮਲੋਟ ਮੰਡੀ ਦੇ ਮਾਣ ਦਾ ਪਤਾ ਲੈ ਪੁੱਤ ਵੇ ਸਮਾਂ 2.5 ਮਿੰਟਾਂ ਦਾ 2.5 ਸਕਿੰਟਾਂ ਦਾ ਇਕੱਲਾ ਕੁੜੀ ਅਸੀਂ ਕਿਸੇ ਨੂੰ ਨੀ ਜਾਣਦੇ ਉਹ ਮਹਾਂਪੁਰ ਬੈਠੀ ਨੇ ਜੀਵ ਕੱਟ ਕੇ ਕਾਲਕਾ ਸਾਹਮਣੇ ਜਾਂ ਤਾਂ ਉਹਨੂੰ ਜਾਣਦਾ ਜਾਂ ਬਹੁਤ ਤੈਨੂੰ ਜਾਣਦੇ ਠੀਕ ਆ ਗੱਲਾਂ ਤਾਂ ਉਹੀ ਕਰਾਂਗੇ ਬਾਅਦ ਗੱਲਾਂ ਨੀ ਕਰਦੇ ਆਪਾਂ ਪੁੱਛਾਂ ਤਾਂ ਕੱਢੀ ਆਉਂਦੇ ਹਨ ਤੁਸੀਂ ਪੁੱਛਾਂ ਕੱਢਣ ਵਾਸਤੇ ਕਾਹਦੇ ਵਾਸਤੇ ਜੇ ਅਸੀਂ ਪੁੱਛਾਂ ਕੱਢਣ ਦਾ ਬੱਸ ਕਿ ਨਹੀਂ ਜੀ ਜਿਹੜੇ ਵੀ ਤੁਹਾਨੂੰ ਦੱਸਾਂ ਸਿਰ ਮਾਰਨ ਦੀ ਲੋੜ ਬੱਸ ਫਿਰ ਤਾਂ ਭੱਤ ਦਾਤਾ ਲੋਕ ਦੀ ਕਚਹਿਰੀ ਚ ਅਸਰ ਦਾ ਹੁਕਮ ਆ ਗਿਆ ਪਹਿਲੀ ਗੱਲ ਤਾਂ ਇਹ ਮੇਰਾ 87ਵਾਂ ਚੇਲਾ ਤੁਰ ਗਿਆ 178ਵਾਂ ਚੇਲਾ ਖੜਾ ਮੁੰਡਾ ਠੀਕ ਆ ਤੇ ਸਾਡੇ ਜਵਾਨਾਂ ਤੋਂ ਸਿਰਫ ਇੱਕੋ ਗੱਲ ਰਹਿੰਦੀ ਹੈ ਭਾਤਾ ਅਸੀਂ ਤੁਹਾਨੂੰ ਅੱਜ ਵੀ ਗੱਲ ਸਮਝਾ ਕੇ ਚੱਲੇ
ਵੀ ਸਾਨੂੰ ਲਿਚਕ ਡਿਚਾਂ ਜਿਹੀਆਂ ਨਾ ਕਰਕੇ ਦਿਖਾਇਓ ਬਾਅਦ ਚੋਂ। ਸੁਣ ਗਈ ਨਾ ਗੱਲ, ਲਿਚਕ ਡਿਚਾਂ ਸਾਨੂੰ ਬੰਦਾ ਨਹੀਂ ਪਸੰਦ। ਅੱਜ ਜਿਵੇਂ ਤੁਸੀਂ ਕਰਨ ਲੱਗ ਪੈਣਾ ਨਾ, ਹੈਗੀਆਂ ਤੁਹਾਡੇ 'ਚ ਕਮੀਆਂ ਬਹੁਤ, ਮਾੜੀਆਂ ਮੋਟੀਆਂ ਕਮੀਆਂ ਨਹੀਂ, ਸੁਧਾਰੀਆਂ ਨਹੀਂ ਤੁਹਾਡੇ 'ਚੋਂ ਕਮੀਆਂ ਕਿਸੇ ਨੇ। ਜੇ ਕਿਸੇ ਨੇ ਕਮੀਆਂ ਸੁਧਾਰੀਆਂ ਹੁੰਦੀਆਂ ਹੁਣ ਤੁਹਾਡਾ ਘਰ ਛਾਉਣੇ ਦੀ ਚਿੜੀ ਵਰਗਾ ਹੁੰਦਾ ਕੁੜ ਕੇ। ਸੁਣ ਗਈ ਗੱਲ, ਅਸੀਂ ਡਰਦੇ ਡੁਰਦੇ ਤਾਂ ਘੱਟ ਹੀ ਹੈ ਕਿਸੇ ਦੇ ਨਾਲ, ਤੈਨੂੰ ਇਸ ਗੱਲ ਦਾ ਪਤਾ। ਫਿਰ ਭਾਵੇਂ ਸੜਕ 'ਤੇ ਲਿਆ ਕੇ ਬੰਬ ਸੁੱਟ ਦੇ ਕੋਈ, ਤਾਂ ਵੀ ਕੋਈ ਚੱਕਰ ਨਹੀਂ। ਹੁਕਮ ਸੱਚੀ ਸਰਕਾਰ ਦਾ, ਗੱਲਾਂ ਤੇਰੇ ਖਾਤਰ ਦੋ ਹੀ ਆ। ਕਿਉਂ ਜੀ, ਸੱਚ ਹੈ ਨਾ ਗੱਲ, ਉਨੀ ਕੁ ਗੱਲ ਕਰੀਏ ਜਿੰਨੀ ਕੁ ਗੱਲ ਦਾ ਸਵਾਦ ਹੋਊਗਾ। ਮੈਂ ਕਾਹਦੇ ਪਿੱਛੇ ਪੁੱਤਵੇ, ਜੋ ਅੱਜ ਕੋਈ ਸੇਵਾਦਾਰ ਗੱਦੀ ਦੇ ਉੱਤੇ ਆ ਗਿਆ, ਤੁਹਾਡੀ ਜੋ ਲੰਗਰ ਭੰਡਾਰਾ ਕੀਤਾ, ਜੋ ਕਰਮ ਕੀਤਾ, ਤੁਹਾਡਾ ਮਨਜ਼ੂਰ ਹੈ, ਠੀਕ ਹੈ। ਇੱਕ ਇੱਕ ਜਾਣੇ ਦਾ ਪੈਰ ਪਿਆ ਕਰੇ, ਭਗਤਾ ਹੀ ਨਹੀਂ ਪਤਾ ਵੀ ਕਿਹਦੇ ਪੈਰਾਂ ਪਿੱਛੇ ਤੇਰਾ ਬੇੜਾ ਪਾਰ ਹੋ ਜੇ। ਦਾਤਾ ਲੋਕ ਸੱਚੀ ਸਰਕਾਰ ਗੋਸਪਾ ਗਿਆਰਵੀਂ ਵਾਲਾ ਵੀਰ ਕਰਦੇ, ਠੀਕ ਆ। ਤੂੰ ਮਾੜਾ ਨਹੀਂ ਆਖਣਾ, ਨਿੰਦਾ ਨਾ ਕਿਸੇ ਨੂੰ ਭੰਡਾਣਾ। ਜੋ ਕਰੂਗਾ ਵੈਸੇ ਭਰੂਗਾ, ਜੈਸਾ ਬੀਜੇਗਾ ਵੱਢੇਗਾ, ਮਾੜਾ ਮੇਰਾ ਫਲ ਤੇਰੇ ਕਰਮਾਂ ਦਾ, ਠੀਕ ਆ। ਹੁਕਮ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚੋਂ ਇਸ ਤਰ੍ਹਾਂ ਦਾ ਆ ਗਿਆ, ਪਤਾ ਕੀ ਕਹੇਗਾ ਮੇਰਾ ਪੀਰ। ਇੱਕ ਤਾਂ ਮੇਰੇ ਮੇਰੇ ਕੋਟਲੇ ਚੌਂਕੀਪਾਲ ਹੋ ਗਿਆ ਸੀ ਮੇਰੇ ਮਲਾਈ ਕੁਮਾਰ, ਦੂਜੀ ਗੱਲ ਸਖੀ ਸਰ ਲੱਖਾਂ ਦਾਦਾ ਕਹਿੰਦਾ, ਕਹਿੰਦਾ ਪੁੱਤਰ ਮੇਰੇ ਦਰਬਾਰ 'ਤੇ ਜਾ ਕੇ ਮੇਰੀ ਸੋਹਣੀ ਬੜੀ ਚਾਦਰ ਲੈ ਕੇ ਆਉਣੀ, ਠੀਕ ਆ। ਦੋ ਹੁਕਮ ਤੇਰੇ ਖਾਤਰ ਕੁੜ ਗਏ, ਤੀਜਾ ਕੌਲ ਮੇਰੇ ਸੇਖੂ ਵਾਲੇ ਸੰਤਾਂ ਦਾ ਆ ਗਿਆ ਭਾਤਾ। ਸੰਤ ਬਾਪੂ ਨਰਾਇਣ ਦਾਸ ਜੀ ਮਹਾਰਾਜ ਪਤਾ ਕੀ ਕਹਿ ਗਿਆ, ਕਹਿੰਦਾ ਇੱਕ ਵਾਰੀ ਕੁੜੀ ਦਾ ਮੇਰੇ ਜਾ ਕੇ ਸੇਖੂ ਮੱਥਾ ਟੇਕਿਆ, ਜਾ ਤੇਰੇ ਨਾਲ ਮੇਰਾ ਬਚਨ, ਸਵੇਰੇ ਜਾ ਕੇ ਮੱਥਾ ਟੇਕਿਆ ਤਾਂ ਕੁੜੇ ਪਰਸੋਂ ਨਹੀਂ ਕਰਦੇ ਮਿਸਤਰੀ ਨਾਲ ਮਾਤਾ ਮੈਨੂੰ ਫੇਰ ਆ ਕੇ ਥਾਂ ਖੜਾ ਵੀ ਬਣਾਊਂਗਾ ਬਾਬਾ, ਕਹਿੰਦਾ ਸਾਰਾ ਕੁੜੀ ਕਰਨਾ ਕਿਨੇ ਤੇਰੇ ਭਰੋਸੇ ਨੇ ਕਰਨੇ ਆ। ਜਿਹੜਾ ਗੁਰੂ ਹੁੰਦਾ ਨਾ ਪੁੱਤਰ, ਮੁਰਸ਼ਦ ਹੁੰਦਾ, ਇੱਕ ਤਾਂ ਆਪਾਂ ਉਹਦੀ ਮਾਂ ਦੇ ਜਿਉਂਦੇ ਜਾ ਜਿਉਂਦੇ ਜੀ ਪਿਓ ਦੇ ਖਸਮ ਬਣਾਉਂਦੇ ਉਹਦੀ ਮਾਂ ਦਾ ਨਵਾਂ, ਜਦੋਂ ਆਪਾਂ ਗੁਰੂ ਕਹਿ ਦਿੰਦੇ ਭਾਤਾ, ਠੀਕ ਆ। ਔਰ ਨਾ ਤਾਂ ਨਾ ਤਾਂ ਮਾਂ ਦੇ ਖਸਮ ਵਾਰੀ ਵਾਰੀ ਬਣਾਏ ਜਾਂਦੇ ਹੁੰਦੇ ਆ ਬੰਦੇ ਤੋਂ, ਅਤੇ ਨਾ ਹੀ ਥਾਂ ਤਾਂ ਗੁਰੂ ਬਣਾਏ ਜਾਂਦੇ ਹੁੰਦੇ ਪੁੱਤਰ, ਜਿਹੜਾ ਚਾਰ ਬੇੜੀਆਂ 'ਚ ਪਾਰ ਰੱਖਦਾ ਨਾ, ਕਦੀ ਪਾਰ ਨਹੀਂ ਲੰਘਦਾ ਹੁੰਦਾ, ਬੇੜੀ ਤਾਂ ਇੱਕ ਹੀ ਬੰਦੇ ਨੂੰ ਲੈ ਕੇ ਪਾਰ ਲੰਘ ਜਾਂਦੀ, ਠੀਕ ਆ। ਹੁਕਮ ਸਰਕਾਰ ਦਾ, ਇੱਕ ਬਰਮੀ ਤਾਂ ਬਰਮੀ ਤਾਂ ਹੁਣ ਤੁਸੀਂ ਕਿੱਥੇ ਪਾਲ ਕੇ ਫਿਰੋਗੇ, ਹੈ ਨਾ, ਇੱਥੇ ਤਾਂ ਬਰਮੀ ਟੱਕਰਦੀ ਸੀ ਤੁਹਾਨੂੰ ਕਿਤੇ ਨੇੜੇ ਤੇਰੇ, ਐਂ ਕਰੀ ਕੁੜਗੇ ਗੁੰਡਾ ਵਾਲੀ ਇੱਕ ਬਾਰ ਦੇ ਵਿੱਚ, ਠੀਕ ਆ। ਤੇਰੇ ਕਨੂੰ ਭਾਈ ਆ ਸਰੇ, ਤੇਰੇ ਕਨੂੰ 10 ਰੁਪਈਆਂ ਦਾ ਤੇਰੇ ਸਰੇ, ਤੇਰੇ ਕਨੂੰ 5 ਰੁਪਈਆਂ ਦਾ ਸਰੇ, ਠੀਕ ਆ। ਗੁਰੂ ਮਹਾਰਾਜ ਦੇ, ਸ਼੍ਰੀ ਗੁਰੂ ਗੋਰਖਨਾਥ ਜੀ ਮਹਾਰਾਜ ਦਾ ਨਾਮ ਲੈ ਕੇ, ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦਾ ਨਾਮ ਲੈ ਕੇ ਦੁੱਧ ਕੁੰਡੇ ਦੇ ਵਿੱਚ ਪਾ ਦਿਆ ਕਰ ਸਵੇਰ ਨੂੰ, ਜਾ ਤੇਰੇ ਨਾਲ ਮੇਰਾ ਬਚਨ, ਜਾ ਬਾਬਾ ਕਹਿੰਦਾ ਮਹੀਨਾ ਸਵਾ ਨਹੀਂ ਪੈਂਦਾ, ਰੰਗ ਦੇਖ ਲਈ ਭਗਤਾ ਚੜ੍ਹਦਾ, ਜਿਵੇਂ ਮਹਿੰਦੀ ਰੰਗ ਚੜ੍ਹ ਗਾਵੇਂ ਬਾਬਾ ਕਹਿੰਦਾ ਦੀਵਾਨ ਦਾ ਰੰਗ ਚੜ੍ਹ ਜੂਗਾ ਤੁਹਾਨੂੰ ਪੀਰ ਦਾ, ਸੱਚੀ ਸਰਕਾਰ ਦਾ, ਠੀਕ ਆ। ਪਰ ਗੱਲ ਇੰਨੀ ਵੀ ਤੁਸੀਂ ਨਹੀਂ ਭੱਜਣੇ ਚਾਹੀਦੇ ਭਾਈ, ਤੁਹਾਡੀ ਲੈਣਵੈਂਟ ਨਹੀਂ, ਆਟੋ ਨਹੀਂ ਚਾਹੀਦੀ, ਹਾਂ ਫਿਰ ਮੇਰਾ ਸਮਝਾਉਣਾ ਹੋਰ ਤਰੀਕੇ ਦਾ, ਕੋਈ ਨਾ ਇਹਦੀ ਵੀ ਕਰ ਦੂੰਗੀ, ਤਾਂ ਬਹਿ ਕੇ ਲੋਟ ਕਰੂੰਗੀ, ਖੜ ਜਾ ਕਰੂੰਗੀ, ਥੋੜ੍ਹੀ ਮਾੜੀ ਜਿਹੀ ਕਲਾਸ ਥੋੜ੍ਹਾ ਲਾਈ, ਤੁਹਾਨੂੰ ਮਾੜਾ ਟ੍ਰੇਲਰ ਵਿਖਾਇਆ, ਫਿਰ ਕਰਾਂਗਾ ਤੁਹਾਡੇ ਨਾਲ ਬਹਿ ਕੇ, ਠੀਕ ਆ। ਜੋ ਅੰਨ ਸਿਰ ਨਹੀਂ ਲਾਈ, ਜੋ ਸ਼ੱਕਰ ਪਤਾਸਾ ਲਾਤਾ, ਰੂਣ ਚੂਣ ਲਾਤੀ ਪੁੱਤਰ, ਕਿਵੇਂ ਲਾਤੀ, ਕਿਵੇਂ ਮਰਜ਼ੀ ਕਰਕੇ ਲਾਤੀ, ਬਾਬਾ ਕਹਿੰਦਾ ਪਹਿਲਾਂ ਪੰਡਾਰਾ ਸੀ ਤੁਹਾਡਾ ਕੁੜੀ, ਮੈਂ ਮਨਜ਼ੂਰ ਕਰ ਲਿਆ ਤੁਹਾਨੂੰ ਹਰੇਕ ਗਲਤੀਆਂ ਮਾਫ ਮੇਰੇ ਦਰਬਾਰ ਦੇ ਵਿੱਚ, ਠੀਕ ਆ। ਅੱਗੇ ਤੋਂ ਤੁਹਾਡੇ ਤੋਂ ਗਲਤੀ ਨਹੀਂ ਹੋਣੀ ਚਾਹੀਦੀ, ਕੋਈ ਵੀ ਚੀਜ਼ ਦੇ ਕਮੀ ਚੀਜ਼ ਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਦੀ ਉਹਦੇ ਵਿੱਚ, ਜੋ ਉਹਦਾ ਕਰਮ ਕਰਨਾ ਤੁਸੀਂ, ਠੀਕ ਆ। ਉਹ ਤੁਹਾਨੂੰ ਕਮੀਆਂ ਛੱਡਦਾ ਨਹੀਂ ਪੁੱਤਰ, ਵੀ ਬੇੜਾ ਪਾਰ ਹੈ ਜਿਹੜਾ ਕਰ ਆ, ਬਾਬੇ ਨੂੰ ਭੁੱਲਣਾ, ਬਾਬੇ ਬਾਪੂ ਸੀਨਾ ਮਾਤ ਨੂੰ, ਸਤਿਗੁਰੂ ਗਿਆਨ ਨਾਥ ਜੀ ਮਹਾਰਾਜ, ਬਾਬੇ ਪ੍ਰੀਤਮ ਸਿੰਘ ਨੂੰ, ਕਿਉਂ ਜੀ ਉਹਨਾਂ ਨਾਲ ਹੀ ਸਾਰਾ ਕੁਛ ਸਾਡੇ ਪੱਲੇ ਕੀ ਆ, ਠੀਕ ਹੈ ਨਾ, ਉਹਨਾਂ ਦਾ ਨਾਮ ਹੀ ਵੱਡਾ ਪਾਤਾ। ਇੱਕ ਵਾਰੀ ਸਾਰੀ ਸੰਗਤ ਕੋ ਬਾਬਾ ਤੇਰੇ ਸੱਚੇ ਦਰਬਾਰ ਦੀ, ਹਾਂ ਲਾ ਇੰਨਾ ਕੁ ਹੁਕਮ ਸੀ ਤੇਰੇ ਖਾਤਰ, ਹੁਕਮ ਸਾਡੇ ਕੋਲ ਹੁਣ ਦੋ ਹੋਰ ਆਏ ਆ, ਪੁੱਛ ਨਹੀਂ ਕਰਦੇ, ਇਕੱਲਾ ਹੁਕਮ ਹੀ ਕਰਨ,
ਜੋ ਦੱਸ ਤੇ ਲੋਕ ਨੇ ਸਾਡੇ ਝੋਲੀ ਪਾਤਾ। ਠੀਕ ਹੈ ਜੀ, ਹੁਕਮ ਕਰਾਂਗੇ ਸੱਚ ਦਾ। ਸਾਨੂੰ ਵੀ ਪਤਾ ਵੀ ਸੱਚ ਦਾ ਇੱਕ ਗੱਪ ਦਾ ਅੱਗੇ ਤੁਸੀਂ ਜਾਣਦੇ ਮੇਰਾ ਬਾਬਾ ਜਾਣ। ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ। ਤੂੰ ਤਾਂ ਹੈ ਬਹਿ ਕੇ ਜਦੋਂ ਬੁੜੀ ਦਾ ਪੱਕਿਆ ਉਹਨੇ ਬੋਲਦੀ ਨੀ ਉਹੀ ਤਾਂ ਤੁਸੀਂ ਬੜਾ ਰੌਲਾ ਪਾਉਂਦੇ ਹੈ। ਬਾਜ ਬਾਬਾ ਹੁਣ ਛਿੜਕ ਬੂਤੀ ਬੜੀ ਜੋ ਹੁਕਮ ਹੋਊਗਾ ਸੱਚ ਦੀ ਕਚਹਿਰੀ ਦੇ ਵਿੱਚ ਹੀ ਹੋਊਗਾ। ਔਰ ਜਿਹਨੇ ਝੋਲੀ ਪੈ ਗਿਆ ਪਾਕ ਉਹਦਾ ਬੇੜਾ ਪਾਰ ਹੋ ਜਾਇਆ ਕਰ। ਇੱਕ ਵਾਰੀ ਸਾਰੀ ਸੰਗਤ ਕੋ ਬਾਬਾ ਤੇਰੇ ਸੱਚੇ ਦਰਬਾਰ ਦੀ ਕਰ ਤੱਕਰ ਕੋਈ ਚੱਕਰ ਨਹੀਂ, ਕਣ ਪਾਏ ਹੋਣ ਭਾਵੇਂ ਨਾ ਪਾਏ ਹੋਣ ਭਾਈ, ਜਾਂ ਤਾਂ ਮੇਰੇ ਕਬੀਰ ਬੈਠਾ ਹੋਵੇ ਜਾਂ ਕੋਈ ਮੇਰੀ ਭੈਣ ਬੈਠੀ ਹੋਵੇ, ਸਰੀਰ ਦੇ ਉੱਤੇ ਦਿੱਕਤ ਨੂੰ ਦਿੱਕਤ ਬਣਦੀ ਹੋਵੇ ਭਾਈ, ਸਿਰ ਤੋਂ ਲੈ ਕੇ ਪੈਰਾਂ ਤੱਕ ਬਾਬਾ ਕਹਿੰਦਾ ਸਰੀਰ ਐ ਵੱਜਾ ਰਹਿੰਦਾ ਹੋਵੇ, ਜੋੜੋ ਜੋੜ ਬਾਬਾ ਕਹਿੰਦਾ ਦਰਦ ਕਰਦਾ ਹੋਵੇ, ਗੋਡੇ ਨੂੰ ਗੋਡੇ ਮੋਢੇ ਨੂੰ ਮੋਢੇ ਦਰਦ ਕਰਦੇ ਹੋਣ, ਦਵਾਈਆਂ ਬੂਟੀਆਂ ਨਾਲ ਫਰਕਣਾ ਪੈਂਦਾ ਹੋਵੇ। ਇੱਕ ਬੀਬੀ ਬੈਠੀ ਆ, ਦੋ ਬੀਬੀ ਬੈਠੀਆਂ, ਬੀਬੀ ਦਾ ਤਿੰਨ ਬੈਠੀਆਂ। ਨਹੀਂ ਜੀ, ਜਿਹਦਾ ਹੈਗਾ ਉੱਠ ਕੇ ਖੜਾ ਹੋ ਸਕਦਾ, ਕੋਈ ਚੱਕਰ ਨੀ, ਛਾਣ ਅਸੀਂ ਆਪੇ ਲਾਵਾਂ। ਜੇ ਹੋਰ ਵੀ ਹੁਕਮ ਬੈਠੇ ਤਾਂ ਵੀ ਕੋਈ ਚੱਕਰ ਨੀ, ਹੁਕਮ ਹੀ ਆ। ਹੁਣ ਤਾਂ ਬੀਬੀ ਸਵਾ ਟੱਪਣਾ, ਬਾਅਦ ਚ ਕਿਤੇ ਕੁੱਪਾ ਲਾਉਣ ਤੇ ਬਾਅਦ ਚ ਪੁੱਛਾ ਨਿਕਲਣੇ। ਬਾਕੀ ਬਹਿ ਰਹੋ, ਕੋਈ ਚੱਕਰ ਵਾਲੀ ਗੱਲ ਲੈ ਵੀਰਾ, ਆਪਾਂ ਹੁਕਮ ਹੀ ਲਾਵਾਂਗੇ, ਬੇੜਾ ਪਾਰ ਹੋ ਬਣਾਲੇ ਦੇ ਕੁਛ ਕਿਸੇ ਕਰਕੇ ਦੋ ਹੋ ਗਿਆ ਕਿ ਤਿੰਨ ਹੋ ਗਿਆ, ਹੈ ਚੌਥਾ ਆ ਜੇ, ਕੋਈ ਚੱਕਰ ਵਾਲੀ ਗੱਲ ਨੀ ਪੁੱਤ, ਰੱਬ ਤਾਰ ਜੁੜਵਾ ਆਪਣਾ ਕੀ ਆ, ਇੱਥੇ ਉੱਪਰ ਨਾਲ ਲੈ ਕੇ ਖੜਨਾ ਪਊਗਾ, ਇੱਥੇ ਹੁਕਮ ਹੀ ਲਾਵਾਂਗਾ। ਉੱਧਰ ਹੋ ਜਾਓ ਸੰਗਤ ਨੇ ਬੋਲੀ ਮਾਰੀ ਚੋਰੀ ਦੇ ਬਾਲ ਲਾ ਹੈ,
ਹੁਕਮ ਹੀ ਸਾਡੇ ਕੋਲ ਤਾਂ ਕੋਈ ਪੁੱਛ ਨਹੀਂ, ਕੋਈ ਫਲਾਣਾ ਨਹੀਂ, ਕੋਈ ਢਮਕਾ ਨਹੀਂ, ਸਾਡੇ ਕੋਲ ਤਾਂ ਪਿਆਰ ਪੰਜਾਬੀ ਦੀ ਗੱਲਾਂ ਵੀ ਨੇ। ਹਾਂ ਭਲਾ ਕਰਾਉਣਾ ਬੀਬੀ, ਚਾਰ ਜਣੇ ਤੁਸੀਂ ਪੁੱਤਰ, ਤੁਹਾਡੇ ਤਾਂ ਨੀ ਗੋਡੇ ਮੋਡੇ ਜਦ ਕਰਦੇ ਸਰਦਾਰ ਜੀ, ਹੋਰ 10 ਮਿੰਟ ਲਾ ਦੋ, ਕੋਈ ਗੱਲ ਨੀ, ਬਾਬਾ ਤੁਹਾਡਾ ਵੀ ਭਲਾ ਕਰ ਦੂਗਾ। ਹੋਰ ਕੀ ਹੈ, ਚਾਰ ਆ ਪੁੱਤ ਤੁਸੀਂ, ਤੇਰੇ ਵੀ ਸਰੀਰ ਤੇ ਦਿੱਕਤ ਬਣਦੀ ਪੁੱਤਰ, ਨਾਲ ਕੌਣ ਹੈ ਤੇਰੇ ਸ਼ੇਰ ਬੱਬੇ ਕਾਕੂ ਤੁਹਾਡੇ, ਠੀਕ ਗੱਲ, ਤੁਹਾਡੇ ਲੱਗ ਬਣਦੀ, ਤੁਹਾਡੇ ਲੱਗ ਬਣਦੀ, ਉਹਨਾਂ ਦੀ ਬਣ ਜਾਂਦੀ, ਠੀਕ ਗੱਲ। ਹਾਂ ਕਿਹੜਾ ਪਿੰਡ ਆਪਣਾ ਪੁੱਤ, ਆਹੀ ਪਿੰਡ ਹੈ ਤੁਹਾਡਾ ਬੀਬੀ, ਚੀਸਾ ਪਿੰਡ, ਤੁਹਾਡੇ ਵੀ ਭੈਣ ਮੇਰੇ ਕੇ, ਹਾਂ ਬੋਲ, ਸੁੱਖਾਂ ਦੋ ਹੋਣਗਾ ਫਿਰ ਸਰ, ਸਰੀਰ ਤੇ ਦਿੱਕਤ ਬਣ ਜਾਂਦੀ, ਫੁੱਲ ਵੱਡਾ ਫੁੱਲ ਚੱਕਰ ਬਣ ਜਾਂਦਾ, ਜਿਵੇਂ ਪਤਾ ਨੀ ਬਾਬਾ ਕਹਿੰਦਾ ਕਿੱਡਾ ਕੁ ਸਰੀਰ ਆ, ਵੱਜੋ ਰੱਸਾ ਆ, ਬਾਬਾ ਕਹਿੰਦਾ ਭਾਰ ਵਾਂਗੂ ਭਾਰ ਸਰੀਰ ਵਾਂਗੂ, ਸਰੀਰ ਤੇ ਇੰਨਾ ਕੁ ਪਿਆ ਰਹਿੰਦਾ ਗੱਡੇ ਨੂੰ ਗੱਡਾ ਬਣਿਆ ਜਾਂਦਾ, ਭਾਤਾ ਸਰੀਰ ਇੱਥੇ ਆ ਨੇੜੇ ਚ ਪੁੱਤਰ, ਆ ਜਾਗਾ, ਹੋਰ ਟੋਪੀ ਲਾ ਦੇ, ਕੁਦਨ ਖਾਣੇ ਆਉਂਦਾ ਟੋਪੀ ਚ ਬੈਣਾ, ਸੁਣ ਲੱਗੇ ਦਸ ਦਿੰਦਾ ਬਣ ਜਾਂਦੇ ਚੱਕਰ ਸਰੀਰ ਤੇ, ਅਸੀਂ ਪੁੱਤ ਤੁਹਾਡੇ ਵੀ ਬਣ ਜਾਂਦੇ, ਤੁਹਾਡੇ ਵੀ ਚੱਕਰ ਬਣ ਜਾਂਦਾ, ਆਹੋ ਚੱਕਰ ਹੀ ਕਹਿੰਦੇ ਬੀਬੀ ਉਹਨੂੰ, ਹੋਰ ਲੈ ਵੀਰਾ ਕਰਮ ਦੱਸ ਕੇ ਜਾਊਂਗਾ, ਛੋਟਾ ਤੁਹਾਨੂੰ ਕਰਨਾ ਪਊਗਾ, ਲੈ ਪਰਚ ਦਵਾ ਫਿਰ ਬੇਨਤੀ ਪਾਉਂਦਾ ਬਾਬਾ ਤੁਹਾਨੂੰ 20-30% ਸੁਬਾਹ ਤੱਕ ਫਰਕ ਜ਼ਰੂਰ ਹੀ ਪਾ ਦੂਗਾ ਅੱਜ ਦੁਕਾਨ ਦੇ, ਠੀਕ ਆ। ਇੱਕ ਵਾਰੀ ਸਾਰੀ ਸੰਗਤ ਕੋ ਬਾਬਾ ਤੇਰੇ ਸੱਚੇ ਤੇ ਸੁੱਚੇ ਦਰਬਾਰ ਦੀ, ਲੈ ਬੀਬੀ ਤੂੰ 2 ਮਿੰਟ ਪਿੱਛੇ ਖੜ ਜਾ, ਬਾਈ ਜੀ ਪੁੱਤਰ 3 ਜਣੇ, ਹਾਂ ਵੱਜ ਬਾਈ,
ਸੰਗਤ ਬੈਠੀ ਇੱਕ ਵੀ ਹੱਥ ਜੋੜ ਕਰ ਜਦੋਂ ਫਰਿਆਦ ਬੇਨਤੀ ਕਰਨੀ ਸਾਰਿਆਂ ਨੇ ਬਾਬਾ ਇਹਨਾਂ ਦਾ ਭਲਾ ਕਰਦੇ ਸੱਚੀ ਸਰਕਾਰ ਤੁਹਾਡੀਆਂ ਫਰਿਆਦਾਂ ਦੇ ਨਾਲ ਸਾਰਾ ਕੁਝ ਕੁਛ ਹੋਣਾ ਸੰਗਤ ਦੇ ਵਿੱਚ ਰੱਬ ਹੁੰਦਾ ਠੀਕ ਹੈ ਜੇ ਮੰਨ ਕੇ ਚੱਲ ਗਏ ਤਾਂ ਹਾਂ ਬੋਲੋ ਮੈਂ ਤੇਰੇ ਸੱਚੇ ਸੁੱਚੇ ਦਰਬਾਰ ਦੀ ਹਾਂ ਭੈਣੇ ਇੱਕ ਪਾਣੀ ਦਾ ਨਾ ਗਲਾਸ ਲੈ ਕੇ ਸੁੱਚਾ ਪੁੱਤਰ ਹਾਂ ਸੁੱਚਾ ਗਲਾਸ ਲੈ ਬੀਬੀ ਕਰਮ ਕਰ ਲੈ ਇੱਕ ਛੋਟਾ ਜਿਹਾ ਦਾਤ ਲਓ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਦਾ ਹੁਕਮ ਆ ਅਰਜ ਦਵਾ ਫਰਿਆਦ ਬੇਨਤੀ ਪਾਵਾਂਗਾ ਹੁਣ ਜੇ ਤਾਂ ਮੇਰਾ ਬਾਬਾ ਸੱਚੀ ਸਰਕਾਰ ਲੱਖਾਂ ਦਾ ਦਾਤਾ ਠੀਕ ਆ ਚੇਖੋ ਵਾਲਾ ਸੰਤ ਸੰਤ ਬਾਪੂ ਨਰਾਇਣਦਾਸ ਜੀ ਮਹਾਰਾਜ ਤੁਹਾਨੂੰ ਸਵੇਰ ਤੱਕ 30% ਸਰੀਰ ਦੇ ਵਿੱਚ ਫਰਕ ਦਿਖਾਉਣ ਤੇ ਬਾਬਾ ਕਹਿੰਦਾ 5.25 ਕਿਲੋ ਗੁੜ ਬਾਬਾ ਕਹਿੰਦਾ ਕਾਲੇ ਢੱਠੇ ਨੂੰ ਚਾਰਿਓ ਕੋਈ ਬਾਹਰ ਗੁੜ ਨੂੰ ਚਾਰਿਓ ਠੀਕ ਆ ਚਾਰ ਕੇ ਆਉਣਾ ਪਊਗਾ ਹੈ ਮਨਜ਼ੂਰ ਪੁੱਤਰ ਮਨਜ਼ੂਰ ਆ ਚਾਰ ਆਓਗੇ ਤੁਸੀਂ ਪੁੱਤਰ ਹਾਂ ਭੈਣੇ ਚਾਰ ਆਓਗੇ ਫਰੈਂਕ ਨੂੰ ਲੈਣ ਜੀ ਬਣਾ ਕੇ ਬੈਠ ਮੜ ਲੈਣ ਵਾਲੀ ਭੂਤ ਭੱਜਣ ਕੇ ਸਾਡ ਭੇਜ ਭਾਰ ਇੱਥੇ ਕਰਕੇ ਬੈਠਣ ਦੇ ਜੀ ਮਤਲਬ ਨੀ ਭਾਤਾ ਅਸੀਂ ਕਹਿੰਦੇ ਦਾਤ ਲੋਕ ਤੁਹਾਡਾ ਭਲਾ ਕਰਦੇ ਹਨਾ
ਭਲਾ ਮੰਗਦੇ ਆ ਬਾਬੇ ਦਰਬਾਰ ਤੋਂ, ਮੰਗਦੇ ਆ ਸਖੀ ਪੀਰ ਨੂੰ, ਮੰਨਦੇ ਲਾਲ ਲਾਲੇ ਪੀਰ ਨੂੰ। ਹਾਏ ਬੀਬੀ ਸਾਰਿਆਂ ਨੂੰ ਮੰਨਦੇ, ਹਲੇ ਵੀ ਮੰਨਦੇ ਮੰਨਦੇ, ਤੁਸੀਂ ਮੰਨਦੇ ਆ? ਹਾਂ ਪੁੱਤਰ ਤੁਸੀਂ ਨੀ ਮੰਨਦੇ, ਬਾਬੇ ਦੇ ਰੋਟਰ ਆਪਾਂ ਖਾ ਲੈਣਾ, ਤੁਸੀਂ ਖਾ ਲੈਣ ਨਗਾਹੇ ਰਹਿੰਦੇ ਬਾਬੇ ਦੇ, ਇੱਕ ਕਰਮ ਕਰਨਾ ਬਾਬੇ ਨਗਾਹੇ ਚਾਦਰ ਲੈ ਕੇ ਰਾਣੀ, ਜਦੋਂ ਮਰਜ਼ੀ ਜਾਇਓ ਬਾਬੇ ਦੇ ਸੁੱਖ ਦੁੱਖ ਲੈ, ਬਾਬਾ ਤੇਰੇ ਦਰਬਾਰ ਤੋਂ ਮੈਂ ਸਰੀਰ ਛੱਡ, ਠੀਕ ਆ? ਲੈ ਕੇ ਜ਼ਰੂਰ ਜਾਣੀ, ਸਾਡੇ ਕੋਲੋਂ ਹੁਕਮ ਸਮਝ ਲਓ, ਸਾਡੇ ਕੋਲੋਂ ਜਿਵੇਂ ਮਰਜ਼ੀ ਸਮਝ ਲਓ, ਭਾਵੇਂ ਆਰਡਰ ਸਮਝ ਲਓ, ਠੀਕ ਆ? ਜਾ ਬਾਬਾ ਕਹਿੰਦਾ ਸਰੀਰ ਹੌਲਾ ਕਰ ਦੂੰਗਾ, ਸਵੇਰ ਤੱਕ ਫਰਕ ਪੈ ਜੂਗਾ, ਗਿਆਰਾਂ ਰੁਪਏ ਸਿਰੇ ਚੱਕ ਕੇ ਰੱਖ ਦੇ ਜਾ ਕੇ, ਬਾਬਾ ਕਹਿੰਦਾ ਬੇੜਾ ਪਾਰ ਜਾ ਰਿਹਾ, ਠੀਕ ਆ? ਆਹ ਹੁਕਮ ਆ ਤੁਹਾਡੇ ਖਾਤਰ, ਲੈ ਭਗਤਾ ਚੁਲੀ ਕਰ, ਆਦੇਸ਼ ਗੁਰੂ ਮਹਾਰਾਜ। ਹਾਂ ਅੱਜ ਬਾਬਾ ਆਲਾਖ ਆਲਾਖ ਉਹਨਾਂ ਦੀ ਬਾਤ ਚਲ ਜੋ ਆਊਗੀ ਆਊਗੀ, ਤੁਸੀਂ ਬੋਲਣਾ ਇੱਕ ਵਾਰੀ ਬਾਬਾ ਤੇਰੇ ਸੱਚੇ ਤੇ ਸੁੱਚੇ ਦਰਬਾਰ ਦੀ, ਸੱਚੇ ਦਰਬਾਰ ਦੀ ਬਾਬਾ ਜੈ, ਸੇਖੂ ਵਾਲੇ ਸੰਤਾਂ ਦੇ ਸੱਚੇ ਦਰਬਾਰ ਦੀ, ਸੇਖੂ ਵਾਲੇ ਸੰਤਾਂ ਦੀ ਸੱਚੇ ਦਰਬਾਰ ਦੀ ਜੈ। ਲੈ ਉੱਠ ਬੀਬੀ ਖੜਿਓ, ਲੈ ਵਾਜੀ ਬੀਬੀ ਲੈ ਪੈਣੇ
ਇੱਥੇ ਖੜ ਜਾ ਮੇਰੇ ਕੋਲ ਮੂੰਹ ਕਰ ਲੈ। ਸਵਾ ਕਿਲੋ ਗੁੜ ਦਾ ਯਾਦ ਚਾਰ ਘਿਓਣਾ ਜ਼ਰੂਰ, ਸਵਾ ਕਿਲੋ ਕਿ ਸਵਾ ਪੰਜ ਕਿਲੋ, ਸਵਾ ਪੰਜ ਕਿਲੋ। ਬਾਬਾ ਚੇਤਾ ਭੁੱਲ ਸਕਦਾ, ਤੁਸੀਂ ਨਹੀਂ ਚੇਤਾ ਭੁੱਲਣਾ ਚਾਹੀਦਾ, ਸੱਚ ਆ ਨਾ ਗੱਲ। ਹਾਂ ਕਰੀ ਬਾਬਾ ਤੇਰੇ ਸੱਚੇ ਦਰਬਾਰ ਦੀ ਲਵੀ ਪਾਣੀ ਸਿੱਧੋ ਪਾਣੀ ਧੂਣਾ ਮੇਰਾ ਪਿਤਾ ਪਪੂਤੀ ਮੇਰੀ ਮਾਤਾ ਤੇਰੇ ਅੰਗ ਸੰਗ ਗੁਰੂ ਗੋਰ ਖਣਾ ਤੇਰੰਗ ਤਮਾਸ਼ਾ ਸਿਰ ਮੱਚ ਗੁਰੂ ਮਹਾਰਾਜ ਸੱਚੇ ਦਰਬਾਰ ਕੀ ਸਦਾਈ। ਧੰਨਵਾਦ ਆਦੇਸ਼ ਨੌ ਨਾ ਚਰਾ ਸੀਸੀ ਤੋਂ ਕੋ ਸਤਿਗੁਰੂ ਗਿਆਨਾ ਜੀ ਮਹਾਰਾਜ ਤੇਰੇ ਸੱਚੇ ਦਰਬਾਰ ਕੀ ਸਦਾਈ। ਲੈ ਭੈਣੇ ਆ ਕਰ, ਦਾਤਾ ਤੁਹਾਨੂੰ ਰਾਜੀ ਰੱਖੇ, ਉਹ ਤਾਂ ਬਾਬੇ ਦੇ ਮੱਥਾ ਟੇਕ ਕਰੇ ਭੱਜ, ਤੇ ਬਾਹਰ ਜਾ ਕੱਪੜੇ ਛੰਡ ਲਾ ਬੀਬੀ ਆ ਤੂੰ ਭੱਜ ਛੇਤੀ ਛੇਤੀ। ਹਾਂ ਮੇਰੇ ਕੋਲ ਤਾਂ ਸਮਾਂ ਥੋੜ੍ਹਾ ਹੀ ਆ ਜਾ ਬਈ। ਮੁਸਲਮਾਨ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਰਹਿਮਤੁਲਾ ਬਰਕਾਤੁਲਾ ਇਲਾ ਨਿਗਰ ਹਜ਼ੀ ਖੋਜਾ ਕੋ ਤਫਰੀ। ਹਾਂ ਬੀਬੀ ਬਾਬਾ ਤੇਰੇ ਸੱਚੇ ਦਰਬਾਰ ਦੀ, ਬਾਬਾ ਤੇਰੇ ਸੱਚੇ ਦਰਬਾਰ ਦੀ ਇੱਕ ਬੀਬੀ ਤੇਰਾ ਕਾਕਾ ਦਾ ਰੂ ਵੀ ਪਿੰਦਾ ਲਾ ਲੈਂਦਾ, ਕਾਕੇ ਤੇਰੇ ਦੋ ਹੀ ਆ? ਨਹੀਂ ਇੱਕੋ ਹੀ ਆ। ਸੁੱਖਾ ਸੁੱਖਾ ਦਾ ਮੰਗਿਆ ਹੋਇਆ ਹੈ, ਮੰਗ ਬਿਲੋੜੀ ਦਾ ਖਰਾਬ ਵੀ ਕਰਦਾ ਸੋਰੇ ਕਰ ਜਾਂਦਾ। ਠੀਕ ਗੱਲ, ਕਿਹੜਾ ਪਿੰਡ ਸੀ ਆਪਣਾ? ਲਵੀ ਵੀ ਪਹਿਲੀ ਗੱਲ ਤਾਂ ਇਹ ਕਾਕਾ ਖਰਾਬ ਕਰਨਾ ਬੰਦ ਕਰ ਦੂਗਾ ਬਾਬਾ ਮੈਂ। ਇੱਕ ਤਾਂ ਉਹਦੇ ਮਗਰ ਡੱਕਾ ਪੁੱਤ ਤੁਰਾ ਫਿਰਦਾ ਦਾਰੂ ਵਾਲਾ, ਕਹਿੰਦਾ ਮੈਂ ਬਾਹਰੋਂ ਲੱਗ ਕੇ ਆਉਂਦਾ ਮਗਰ ਮੁੰਡੇ ਦੇ, ਉਹਦਾ ਤੁਸੀਂ ਹੱਲ ਕਰਾ ਲਓ ਬੀਬੀ। ਬਹਿ ਕੇ ਮੈਂ ਕੱਲੇ ਸਰੀਰ ਖਾਤਰ ਆਵਾਜ਼ ਮਾਰੀ ਸੀ, ਜਾਂ ਤੇਰੇ ਨਾਲ ਮੇਰਾ ਬਚਨਾ ਬਾਬਾ ਮੇਰਾ ਸਵੇਰੇ 30% ਫਰਕ ਪਾ ਦੂਗਾ ਇੱਥੇ ਜਾਣ ਤੋਂ ਪਹਿਲਾਂ ਆੜਿਆ। ਠੀਕ ਆ, ਜੇ ਤਾਂ ਬਾਬਾ ਮੇਰਾ ਫਰਕ ਪਾਵੇ ਬਾਬੇ ਨੂੰ ਦੱਸ ਕੇ ਜਾਣਾ ਜ਼ਰੂਰ ਆ ਕੇ ਪੰਜ ਚੌਂਕੀਆਂ ਭਰਨੀਆਂ ਦਰਬਾਰ 'ਚ, ਭਾਵੇਂ ਤੁਹਾਡਾ ਕੁਛ ਵੀ ਲੱਗਦਾ ਮੈਨੂੰ ਨਹੀਂ ਪਤਾ, ਤੇਰੀ ਮਾਮੀ ਆ, ਚਾਚੀ ਆ, ਤਾਈ ਆ, ਭੂਆ, ਫੁੱਫੜ ਆ, ਫਲਾਨਾ ਢਿਮਕਾ, ਕੁਛ ਵੀ 7 ਚੌਂਕੀਆਂ ਜ਼ਰੂਰੀ ਭਰਨੀਆਂ, 7 ਚੌਂਕੀਆਂ ਦੇ ਵਿੱਚ ਬਾਬਾ ਮੇਰਾ ਫਾਇਦਾ ਕਰ ਦੂਗਾ। ਠੀਕ ਆ, ਬੇੜਾ ਪਾਰ ਹੈ ਜੈਕਾਰ। ਹਾਂਜੀ ਲੈ ਬੀਬੀ ਕੱਪੜੇ ਝਾੜ ਦੇ ਜਾ ਭੱਜ, ਮਹਾਰਾਜ ਚਿਸ਼ਤੀ ਖਾਨਦਾਨ ਦੇ ਮਰੀਦ ਹੈ। ਹਾਂ ਸਹੀ ਹੈ ਜੀ, ਸਹੀ ਹੈ, ਉਹਨਾਂ ਦੇ ਭੁੱਲ ਜਾਂਦੇ ਆ ਨਾ ਪਾਪਿਆਂ ਨੂੰ ਕਦੇ ਕਦੇ, ਫਿਰ ਖਰਾਬ ਨਾ ਹੋਵੇ ਰੱਖ ਲਓ ਬਾਬਾ ਪਾਪੇ ਦੇ, ਹੁਣ ਇਹ ਕੀ ਕਰੇ ਵਿਚਾਰੇ, ਫਿਰ ਉਹੀ ਤਾਂ ਰਵਾਂ ਨਾ ਇਹ ਨੂੰ ਰੱਖੀ ਬੈਠਾ, ਹੋਰ ਕੀ ਆ ਡੱਕਾ ਹੁੰਦਾ ਹੱਥਾਂ ਮੌਕੇ ਇਹ ਦਾਦਲਿਆ ਕਰਦੇ ਲੈ ਵਾਚ ਕੋਈ ਆ ਜਾ ਕੇ ਕਿੱਥੇ
ਹੱਲੇ ਬਾਈ ਸਾਰੀ ਸੰਗਤ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਦੀ ਹਾਂ ਪੁੱਤ ਹੋ ਜਾ ਪਿੱਛੇ ਰੋ ਜਾ ਖੇਤਰਪਾਲ ਬਾਬੇ ਨੂੰ ਕਰਮ ਕਰਦਾ ਛੋਟਾ ਜਿਹਾ ਦੱਸੀ ਏਦਾਂ ਤਨੋ ਮਨੋ ਲਾ ਕੇ ਕਰਨਾ ਤੇਰੀ ਤੇਰੀ ਸੇਵਾ ਤੇਰੇ ਕੰਮ ਹੋਊਗੀ ਪੁੱਤ ਮੈਂ ਤਾਂ ਤੇਰੇ ਮਾਂ ਪਿਓ ਦੇ ਹੋਊਗੀ ਨਾ ਅੱਜ ਤਾਂ ਤੈਨੂੰ ਸੱਚ ਦਾ ਹੁਕਮ ਲਾ ਕੇ ਜਾਵਾਂਗੇ ਕੋਈ ਮਨ ਚ ਤੋੜ ਮਸ਼ਕਰੀ ਤਾਂ ਨੀ ਦੱਸ ਦੇ ਅੱਗੇ ਤਾਂ ਦੇਖ ਲਾ ਪਰ ਮੈਂ ਤਾਂ ਸਾਧੂ ਇਹੋ ਜਿਹੇ ਪਾਸੇ ਚਲਾਏਗਾ ਮੈਂ ਤਾਂ ਉਸੇ ਪਾਸੇ ਚੱਲ ਪੂੰ ਤਾਂ ਮੈਂ ਤੁਹਾਡੇ ਨਾਲ ਨਰਮਾਈ ਵਰਤੀ ਆ ਥੋੜ੍ਹੀ ਜਿਹੀ ਠੀਕ ਆ ਹੁਕਮ ਸੱਤੀ ਸਰਕਾਰ ਦੇ ਗੌਸਪਾਦ ਗਿਆਰਵੀਂ ਵਾਲੇ ਪੀਰ ਜਾ ਪੁੱਤ ਵੇ ਜੇ ਤਾਂ ਬਾਬਾ ਕਹਿੰਦਾ ਤੇਰੇ ਮਨ ਦੇ ਵਿੱਚ ਸੱਚੀ ਨੇਚ ਆ ਖੜਾ ਠੀਕ ਆ ਤੇਰਾ ਸਰੀਰ ਵੀ ਸੈੱਟ ਕਰ ਦੂਗਾ ਸਵੇਰ ਤੱਕ ਕੋਈ ਕੰਮ ਕਾਰ ਬਾਰੇ ਵੀ ਸੋਚਦਾ ਵੀ ਕਿਸੇ ਨਾ ਕਿਸੇ ਪਾਸੇ ਮੇਰੀ ਸੈਟਿੰਗ ਹੋ ਜੂ ਹੈ ਉਸ ਪਾਸੇ ਵੀ ਕਿਸੇ ਪਾਸੇ ਤਾਂ ਹੁਣ ਚਕੇਲਾ ਨੀ ਅੱਡਾ ਅੱਗਡਿਆਂ ਦਾ ਪੁੱਤਰ ਸੱਚ ਆ ਗੱਲ ਪੜਿਆ ਕਿੰਨੀ ਕੁ ਪੜ ਲਿਆ ਨੌ ਪੜਿਆ ਬਾਬਾ ਤਾਂ ਮੈਨੂੰ ਕਹਿੰਦਾ ਪੜਨਾ ਪੜਾਉਂਦਾ ਸਰ ਨੇ ਖੂਹ ਖਾਤੇ ਕਿੰਨੇ ਯਾਰ ਖੂਹ ਖਾਤੇ ਹੀ ਆ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਦਾ ਹੁਕਮ ਆ ਗਿਆ ਕੰਮ ਧੰਦੇ ਦੀ ਸੈਟਿੰਗ ਭਾਲਦਾ ਹੁਣ ਵੀ ਕਿਸੇ ਨੇ ਕਿਸ ਤਰੀਕੇ ਨਾਲ ਕਰ ਦੇਗੇ ਹੈ ਬੋਲਦਾ ਤਾਂ ਨੀ ਬਾਬੇ ਨੇ ਮੇਰੇ ਨੂੰ ਉਹ ਬੀਬੀਆਂ ਪਹਿਣ ਵਾਲੀਆਂ ਕਿੱਧਰ ਗਈਆਂ ਦੋ 100 ਰੁਪਏ ਨੋਟ ਲਿਆਓ ਕੱਢ ਕੇ ਡਾਕਟਰ ਨੂੰ ਕਿਵੇਂ ਦੇ ਉਹਨਾਂ ਨੇ ਜਾ ਕੇ ਸਵੇਰ ਨੂੰ ਹੁਣ ਮੱਥਾ ਟੇਕਦੇ ਸਾਜੀ ਨੂੰ ਮਿਲਣ ਬੀਬੀ ਦਸ ਤੈਨੂੰ ਰਾਜੀ ਰੱਖੇ ਭਲਾ ਵੀ ਫੇਰ ਹੀ ਹੋਊਗਾ ਐ ਨੀ ਹੁੰਦਾ ਪੁੱਤਰ ਸਾਡੀ ਮਿਹਨਤ ਨੀ ਮਿਹਨਤ ਉਹਨਾਂ ਦੀ ਜਿਹੜੇ ਖਲ ਕੁੱਟੀ ਜਾਂਦੇ ਵੇਖਦਾ ਸਿਰ ਸਾਰੀ ਰਾਤ ਦੇ ਲੱਗੇ ਸਾਡਾ ਕੀ ਹੈ ਪਤਾ ਠੀਕ ਆ ਉਹਨਾਂ ਦੇ ਦਵਾਵਾਂ ਨੇ ਥੋੜਾ ਬੇੜਾ ਪਾਰ ਲਾਉਣਾ 100 ਰੁਪਏ ਮੱਥਾ ਟੇਕ ਪਹਿਲਾਂ ਵੀ ਬਖਸ਼ਾ ਤਾ ਬਾਬੇ ਤੋਂ ਵਾਸਤਾ ਪੰਜਾਬੀ ਹਾਂ ਮੇਰਾ ਬਾਬੇ ਖੇਤਰਪਾਲ ਬਾਬੇ ਦਾ ਨਾਮ ਲੈ ਕੇ ਇੱਕ ਹੀ ਡੰਗ ਲੱਸੀ ਪਾ ਕੇ ਮਿੱਠੀ ਮਿੱਠੀ ਕਰਕੇ ਬਾਬਾ ਕਹਿੰਦਾ ਲੱਸੀ ਬਣਾ ਕੇ ਲੈਣੀ ਆ ਇੱਕ ਚਮਚ ਸ਼ੱਕਰ ਦੇ ਵਿੱਚ ਪਾ ਲੈਣਾ ਭਾਤਾ ਮੱਥੇ ਨੇ ਲਾ ਕੇ ਇੱਕ ਬਾਬੇ ਦੀ ਚੋਗ ਇੱਕ ਹੀ ਡੰਗ ਬਾਬੇ ਦੇ ਦਰਬਾਰ ਤੇ ਨੰਗੇ ਪੈਰੀ ਤੂੰ ਲੈ ਕੇ ਜਾਣੀ ਆ ਠੀਕ ਆ ਜਾਂ ਤੇਰੇ ਨਾਲ ਮੇਰਾ ਬਚਨ ਐਸ ਜੀ ਦਾ ਕੰਮ ਧੰਦੇ ਦੀ ਵੀ ਸੈਟਿੰਗ ਹੋ ਜੂਗੀ ਸਾਰੇ ਘਰ ਦੀ ਸੈਟਿੰਗ ਹੋ ਜੂਗੀ ਸਰੀਰ ਨੂੰ ਸਰੀਰ ਵੀ ਓਕੇ ਰਿਪੋਰਟ ਕਰ ਦੇ ਥੋੜ੍ਹੀਆਂ ਆਪਾਂ ਹੀ ਖਰਾਬੀਆਂ ਕਰ ਜਾਂਦੇ ਪੁੱਤਰ ਬਾਬਾ ਨੇ ਖਰਾਬੀਆਂ ਕਰਾਂ ਆਪਦੇ ਆਪ 'ਚ ਵੀ ਗਲਤੀਆਂ ਹੁੰਦੀਆਂ ਬੰਦੇ ਦੇ ਘਬਰਾ ਚੜ ਜਾਂਦਾ ਹੈ ਐ ਚਿੱਤ ਕਰਦਾ ਵੀ ਭੱਜਦਾ ਘਰੋਂ ਕਿਸੇ ਨਾ ਕਿਸੇ ਪਾਸੇ ਬੋਲੋ ਕਰਦਾ ਗੱਪ ਤਾਂ ਨੀ ਮਤਾ ਥੱਲੇ ਬੈਠੋ ਅੱਗੇ ਗੁੱਸਾ ਕੇ ਬੰਦ ਹੋ ਜੂਗਾ ਇੱਕੀ ਡੰਗ ਬਾਬੇ ਦੀ ਲੱਸੀ ਪਾ ਕੇ ਬੇੜਾ ਪਾਰ ਹੋ ਜੂਗਾ ਜਰੇ ਕਾਰ ਹੋ ਜੂਗੀ ਇੱਥੇ ਕਰ ਖੜ ਜਾ ਪਾਸਾ 10 ਮਿੰਟ ਪਿੱਛੇ ਬਾਬਾ
ਗੂਗਲ ਪੇ ਕਰਾ ਲਿਆ ਕਰਨ ਦੇ ਜਿਹੜੇ ਆਧਾਰ ਵਾਲੇ ਆ ਥੋੜਾ ਭਲਾ ਕਰਾਂਗੇ ਸੋਹਣਾ ਰਹੇ ਜੀ ਤੇ ਕੁਝ ਚੱਕਰ ਵਾਲੀ ਗੱਲ ਨੀ ਠੀਕ ਹੈ ਨਾ ਪਰ ਚੱਲ ਥੱਲੇ ਨੂੰ ਤੇਰਾ ਕੱਦ ਬੜਾ ਲੰਮਾ ਬੋਲ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਦੀ ਕੱਪੜੇ ਪਹਿਣ ਕੇ ਭਾਜੀ ਕਿੱਧਰ ਗਏ ਭੈਣ ਥੋੜਾ ਪਵਾ ਕੇ ਬਹਿਣ ਬਾੜੀਆਂ ਗੱਲਾਂ ਨੀ ਤੇਰੇ ਸੱਚੇ ਦਰਬਾਰ ਦੀ ਹਾਂ ਤੁਹਾਡੀਆਂ ਦਵਾਵਾਂ ਲੱਗਣੀਆਂ ਭਾਤਾਂ ਮੈਂ ਵੀ ਰੋਏ ਠੀਕ ਆ ਜੋ ਅਸੀਂ ਤੁਹਾਨੂੰ ਕਰਮ ਕਿਹਾ ਤੁਹਾਨੂੰ ਕਰਮ ਕਰਨਾ ਪਊਗਾ ਮਨਜ਼ੂਰ ਆ ਪੱਕੀ ਗੱਲ ਆ ਜੇ ਤਾਂ 50% ਤਾਂ ਬਾਬਾ ਮੇਰਾ ਫਰਕ ਪਾ ਦੇ ਸੱਚੀ ਸਰਕਾਰ ਉੱਥੇ ਦਰਬਾਰ ਤੇ ਲਿਆਉਣ ਤੋਂ ਪਹਿਲਾਂ ਠੀਕ ਗੱਲ ਭੈਣੇ ਜਾਂ ਤੇਰੇ ਨਾਲ ਮੇਰਾ ਇਸ ਚੀਜ਼ ਦਾ ਬਚਨ ਹੈ ਕਰਮ ਦੱਸ ਕੇ ਚੱਲੇ ਛੋਟੇ ਜਿਹੇ ਬਾਬੇ ਤੋਂ ਹੁਕਮ ਲੈ ਕੇ ਤੁਹਾਨੂੰ ਕਰਮ ਕਰਨਾ ਜੇ ਤਾਂ ਬਾਬਾ ਮੇਰਾ 50% ਫਰਕ ਪਾ ਦੇ ਮੁੰਡੇ ਨੂੰ ਤੋਰ ਕੇ ਲੈ ਕੇ ਆਉਣਾ ਬੀਬੀ ਜਾਂ ਤੇਰੇ ਨਾਲ ਮੇਰਾ ਬਚਨ ਠੀਕ ਆ ਸੱਚੀ ਸਰਕਾਰ ਕਹਿੰਦੀ ਕਾਕੇ ਦਾ ਰੋਹ ਕੱਟ ਦੂੰਗਾ ਬੀਬੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਹਾਂ ਮਾਤਾ ਗਾਣ ਲਾ ਕੇ ਤੂੰ ਲਾ ਆਪਣੇ ਨਾਈ ਨੇ
ਤੇ ਸੱਚੇ ਤੇ ਸੁੱਚੇ ਦਰਬਾਰ ਦੀ ਲੈ ਪੁੱਤਵੇ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਦਾ ਹੁਕਮ ਆ ਗਿਆ ਕਾਕਾ ਤੁਰ ਤੁਰਨ ਲੱਗ ਜੂਗਾ ਵੀਰਾ ਇਹ ਕਰਮ ਘਰ ਦੇ ਛੋਟੇ ਜਿਹੇ ਕਾਕੇ ਦੇ ਉੱਤੋਂ ਦੀ ਠੀਕ ਆ ਕਰਮ ਕੀ ਕਰਨਾ ਪਹਿਲੀ ਗੱਲ ਤਾਂ ਸਵੇਰੇ 8 ਲੱਡੂ ਮੁੰਡੇ ਤੇਰੇ ਵਾਰ ਕੇ ਚੱਲਦੇ ਪਾਣੀ ਜਲ ਪ੍ਰਵਾਹ ਕਰ ਭਾਵੇਂ ਬਾਹਰ ਤਾਰੇ ਜਿੱਥੇ ਮਰਜ਼ੀ ਜਾ ਕੇ ਬੇੜਾ ਪਾਰ ਹੋਈ ਜਾਇਆ ਕਰੂ ਜੀ ਦੂਜੀ ਦੂਜਾ ਹੁਕਮ ਸੱਚੀ ਸਰਕਾਰ ਦੇ ਕਿਹੜੇ ਦੇ ਵਿੱਚ ਇਸ ਤਰ੍ਹਾਂ ਦਾ ਹੁਕਮ ਆ ਗਿਆ 11 ਦਲੀਏ ਦੀਆਂ ਕੜਾਂਗਾ ਪੰਗਾ ਮੁੰਡੇ ਦੇ ਉੱਤੇ ਤੁਸੀਂ ਵਾਰ ਠੀਕ ਆ 11 ਦਲੀਏ ਦੀਆਂ ਕੜਾਂਗਾ ਚੱਲਦੇ ਪਾਣੀ ਦੇ ਜਲ ਪ੍ਰਵਾਹ ਕਰਕੇ ਆਉਂਗਾ ਬੀਬੀ ਲੈ ਤੈਨੂੰ ਤੇਰੇ ਨਾਲ ਮੇਰਾ ਬਚਣ ਜੇ ਕਾਕਾ ਤੇਰੇ ਨਾਲ ਨਾ ਚੱਲਣ ਲੱਗੇ ਸਾਨੂੰ ਫੇਰ ਆਖੀ ਪਤਾ ਇੱਕ ਥੋੜਾ ਚੱਕਰ ਬਣਦਾ ਕਾਕੂ ਨੂੰ ਅੱਜ ਦਾ ਚੱਕਰ ਨਹੀਂ ਮੈਂ ਚੱਕਰ ਬਣੇ ਨੂੰ ਖਾ ਸਕਦੇ ਰੋਗਾ ਭੈਣੇ ਜੇ ਮੈਂ ਗੱਲ ਖੋਲਣ ਤਾਂ ਭਾਵੇਂ ਘੰਟੇ ਤੱਕ ਗੱਲ ਲੱਗ ਜਾ ਪਰ ਗੱਲ ਇੱਥੇ ਨਹੀਂ ਲੱਗਦੀ ਹੈਨਾ ਆਪਾਂ ਬੇੜਾ ਪਾਰ ਕਰਾਉਣਾ ਬਾਬੇ ਦਰਬਾਰ ਠੀਕ ਆ ਸਮਝ ਲੱਗ ਗਈ ਜਿਹੜੀ ਸੀ ਗੱਲ ਆਖੀ ਆ ਮਨਜ਼ੂਰ ਆ ਗੱਲ ਜਾਂ ਤੇਰੇ ਨਾਲ ਮੇਰਾ ਬਚਨ ਬਚਣਾ ਬਾਬਾ ਕਹਿੰਦਾ ਸੱਚੀ ਸਰਕਾਰ ਗੌਂਸ ਪਾ ਗਿਆ 11ਵੀਂ ਵਾਲਾ ਵੀ ਕਹਿੰਦਾ ਜੇ ਕਾਕਾ ਥੋੜ੍ਹਾ ਸੈੱਟ ਨਾ ਹੋਵੇ ਸਾਨੂੰ ਫੇਰ ਆ ਕੇ ਬਾਬੇ ਮਹੀਨੇ ਤਿੰਨ ਦਿਨ ਨੇ ਤਿੰਨਾਂ ਮਹੀਨਾਂ ਦੇ ਵਿੱਚ ਮੁੰਡਾ ਥੋੜ੍ਹਾ ਤੁਰਨ ਲਾ ਦੂੰਗਾ ਬਾਬਾ ਕਹਿੰਦਾ ਬੇੜਾ ਪਾਰ ਹੋਈ ਜਾਇਆ ਕਰੂ ਜੀ ਠੀਕ ਆ ਇੱਕ ਵਾਰੀ ਸਾਰੀ ਸੰਗਤ ਕੋ ਬਾਬਾ ਤੇਰੇ ਸੱਚੇ ਤੋਂ ਸੱਚੇ ਦਰਬਾਰ ਦੀ ਹਾਂ ਇੱਕ ਕਰਮ ਕਰ ਦਿਓ ਬਾਬੇ ਸ਼ੀਨਾ ਵਾ ਤੇਰਾ ਨਾਮ ਲੈ ਕੇ ਬਾਬੇ ਸੇਖੂ ਵਾਲੇ ਸੰਤਾਂ ਦਾ ਨਾਮ ਲੈ ਕੇ ਦੋ ਜਗ੍ਹਾ ਤੇ ਗਹਿਣਾ ਚੱਕ ਕੇ ਰੱਖ ਦੇਣਾ ਗਹਿਣਾ ਪੁੱਛ ਲੈਣਾ ਜਿਵੇਂ ਕਰਮ ਕਰਨਾ ਜਿਵੇਂ ਤੁਹਾਨੂੰ ਦੱਸੂਗੀ ਮਾਤਾ ਤੋਂ ਪੁੱਛ ਲਿਆ ਜੋ ਕਰਮ ਕਰ ਪੁੱਛ ਲਓ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਆ ਮੁੰਡੇ ਉੱਤੇ ਚਕਵਾ ਬੀਬੀ ਸਵੇਰ ਤੋਂ ਮੁੰਡੇ ਨੂੰ ਫਰਕ ਪਾਉਣਾ ਚੱਲ ਲੂ ਚੁੱਕੋ ਤੇਰੇ ਨਾਲ ਮੇਰਾ ਬਚਨ ਅੱਛੀ ਕਹਿ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਦੀ ਅਰੇ ਸ਼ਾਹ ਜੀ ਮਹਾਰਾਜ ਸੱਚੇ ਦਰਬਾਰ ਕੀ ਸੋਨਾ ਮੇਰਾ ਚੱਪੀ ਕੀ ਮੇਰੇ ਮਾਇਆ ਭਾਰ ਨਹੀਂ ਪੈਂਦਾ ਪੈਰਾਂ ਤੇ ਜਮਾ ਨਹੀਂ ਪੈਂਦਾ ਬਾਬੇ ਦਾ ਘੂਰੀ ਦਾ ਕਰਮ ਆ ਥੋੜੇ ਮੁੰਡੇ ਖਰਾਬੀ ਇਹ ਤਾਂ ਪੱਟੋ ਤੋੜਿਆ ਕਰਕੇ ਪੂਰੀ ਠੀਕ ਹੈ ਹਾਂ ਸ਼ੈਟਿੰਗ ਹੋ ਜੂਗੀ ਸਰ ਲੱਤਾਂ ਬਾਹਾਂ ਦੇ ਠੀਕ ਹੈ ਵਧੀਆ ਲੱਤਾਂ ਬਾਹਾਂ ਪੈਰ ਵੀ ਵਧੀਆ ਲੰਮਦਾ ਵੀ ਸਿੱਧੇ ਪੈਰ ਮਾਤਾ ਨੂੰ ਮੰਨਦੇ ਘਰ ਕਰ ਜੋਤ ਬੱਤੀ ਕਰਦੇ ਆ ਜੀ ਮਹਾਮਾਈ ਦਾ ਕਾਲ ਕਦੀ ਕੋਈ ਸੁੱਖ ਖੜੀ ਹੋਵੇ ਦੇ ਨਾਲ ਕੁਰਬਾਨੀ ਸੁੱਖ ਦਿੰਦੇ ਆ ਕਦੀ ਦਿੱਤੀ ਅੱਜ ਤੱਕ ਕੋਈ ਮਾਤਾ ਜੀ ਦਾਰੂ ਪਹਿਲਾਂ ਖੜਾ ਹੋਵੇ ਜਾਂ ਪੱਠ ਨੂੰ ਪੱਠ ਖੜੀ ਹੋਵੇ ਦੇ ਨਾਲ ਪਟਿਆਲੇ ਜਾ ਕੇ ਚੜਾ ਕੇ ਆਏ ਸੀ ਜਾ ਤੇਰੇ ਨਾਲ ਮੇਰਾ ਬਚਨਾ ਸ਼ਕਤੀ ਮਾਤਾ ਕਾਲਕਾ ਨੂੰ ਤੁਰਨ ਲੱਗਦੇ ਇੱਕ ਮਹਾਮਾਈ ਦੀ ਕੁਰਬਾਨੀ ਪੱਠ ਦੇਣੀ ਪਊਗੀ ਕੁੜ ਕੇ ਤੁਹਾਨੂੰ ਠੀਕ ਆ ਮੇਰੇ ਕਣੂੰਗੇ ਭਾਵੇਂ ਜਿਵੇਂ ਡੰਡ ਸਮਝ ਲਓ ਮੇਰੇ ਕਣੂੰਗੇ ਜਿਵੇਂ ਮਰਜ਼ੀ ਸਮਝ ਲਓ ਕਾਕਾ ਥੋੜਾ ਛੁਟਕਾਰਾ ਆ ਜਾਊ ਕਾਕੇ ਦਾ ਇਸ ਚੀਜ਼ ਤੋਂ ਮੁੰਡਾ ਥੋੜਾ ਚੱਲਣ ਲੱਗ ਜੂਗਾ ਛੱਡ ਕੇ ਕਿੱਥੇ ਆਉਣੀ ਆ ਸ਼ਕਤੀ ਮਾਤਾ ਧੁਰ ਛੱਡ ਕੇ ਆਉਣੀ ਪਟਿਆਲੇ ਜਾ ਕੇ ਛੱਡਿਆ ਹੋਵੇ ਲਾਈ ਤਾਂ ਚੀਜ਼ ਜਮਾਂ ਖਤਮ ਕਰਨ ਵਾਸਤੇ ਸੀ ਕਾਕੇ ਨੂੰ ਕੱਲਾ ਕੱਲਾ ਕਾਕਾ ਹੈ ਹੈ ਬਹੁਤ ਜੁੱਦਾ ਨਾਲ ਆ ਬੀਬੀ ਲਾਈ ਤਾਂ ਚੀਜ਼ ਬਾਬਾ ਕਹਿੰਦਾ ਜਮਾਂ ਸੁੱਟਣ ਨੂੰ ਸੀ ਮੰਜੇ ਤੇ ਜਮਾਂ ਉੱਪਰ ਪੁੱਟ ਕਰਦੇ ਨੂੰ ਖਤਮ ਹੀ ਕਰਦੇ ਕਹਾਣੀ ਪਰ ਗੱਲ ਕਰੂ ਥੋੜਾ ਬਚਾ ਹੋਗਾ ਕਾਕੇ ਥੋੜੇ ਠੀਕ ਹੈ ਨਾ ਪੁੱਤ ਵੇ ਕਰਮ ਕਰੋ ਛੋਟਾ ਜਿਹਾ ਜਿਹੜੀ ਪਾਠਾ ਮਾਤਾ ਦੀ ਇਹਦਾ ਗਹਿਣਾ ਚੱਕ ਕੇ ਰੱਖਦੇ ਕਾਕੂ ਉੱਤੋਂ ਦੀ ਬਾਬਾ ਕਹਿੰਦਾ ਮੁੰਡਾ ਨੂੰ ਓਵਰ ਨਾ ਹੋ ਜੂਗਾ ਸਵੇਰੇ ਇਹਦੇ ਕੱਪੜੇ ਚੜਾ ਲੈ ਬੀਬੀ ਉੱਥੇ ਜਾ ਕੇ ਮੱਥਾ ਟਕਾਓ ਮੁੰਡੇ ਨੂੰ 10 ਮਿੰਟ ਹਾਂ ਬਾਜੀ ਬਾਜੀ